ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਪੁੱਤਰ ਕਿਸ ਪਾ ਗੋਰੀਪੁਰ ਪਿੰਡ ਦੇ ਰਾਮਦਿਆਲ ਨੇ ਵਿਆਹ ਕਰਵਾਇਆ ਹੂਲ ਕੰਵਰ ਨਾਲ ਪਰ ਪਰਮਾਤਮਾ ਨੇ ਸੰਤਾਨ ਦੀ ਦਾਤ ਨਾ ਬਖਸ਼ੀ ਉਹਨੇ ਦੁਬਾਰਾ ਸ਼ਾਦੀ ਕੀਤੀ ਪੁੱਤਰ ਇਸ ਦੂਜੀ ਪਤਨੀ ਲਖਪਤੀਆਂ ਤੋਂ ਵੀ ਪ੍ਰਾਪਤ ਨਾ ਹੋਇਆ ਉਹਦੇ ਪਿਤਾ ਮਾਤਾ ਰੰਗ ਲਾਲ ਤੇ ਭਗਵੰਤੀ ਜਿਉਂਦੇ ਸਨ ਉਹਨਾਂ ਦੀ ਤੀਬਰ ਇੱਛਾ ਸੀ ਕਿ ਆਪਣੇ ਅੱਖਾਂ ਮਿਟਨ ਤੋਂ ਅੱਗੋਂ ਆਪਣੀ ਕਿਸੇ ਨੂੰ ਦੀ ਗੋਦ ਹਰੀ ਹੁੰਦੀ ਵੇਖ ਲੈਣ ਅਜਿਹੇ ਹਾਲਾਤ ਵਿੱਚ ਇਨਸਾਨ ਪਤਾ ਨਹੀਂ ਕਿੱਥੇ-ਕਿੱਥੇ ਕਿਵੇਂ-ਕਿਵੇਂ ਹੱਥ-ਪੈਰ ਮਾਰਦੇ ਫਿਰਦੇ ਹਨ ਫਿਰ ਇੱਕ ਦਿਨ ਉਹਨਾਂ ਨੂੰ ਬੈਜੂ ਉਪਨਾਮ ਭਰੋਸਾ ਮਿਲਿਆ ਉਹਨੇ ਕਿਹਾ ਕਿ ਮੈਂ ਟੂਨੇ ਟਾਮਣ ਦਾ ਵਿਸ਼ੇਸ਼ਾਗਾਂ ਤੇ ਜੇ ਤੁਸੀਂ ਮੇਰੀ ਹਦਾਇਤ ਅਨੁਸਾਰ ਉਪਚਾਰ ਕਰੋ ਤਾਂ ਤੁਹਾਡੇ ਘਰ ਜ਼ਰੂਰ ਬੱਚੇ ਦਾ ਆਗਮਨ ਹੋਏਗਾ ਸਾਡੇ ਪਿੰਡੂ ਲੋਕ ਜੰਤਰ ਮੰਤਰ 'ਚ ਸਦਾ ਤੋਂ ਵਿਸ਼ਵਾਸ ਰੱਖਦੇ ਆਏ ਹਨ RAM Dyal ਹੋਣਾ ਨੂੰ ਬੈਜੂ ਕੀ ਮਿਲਿਆ ਰੱਬ ਮਿਲ ਗਿਆ ਬੈਜੂ ਨੇ ਰਾਮਦੇਵਾਲ ਹੁਣਾ ਦੇ ਘਰ ਕਈ ਚੱਕਰ ਮਾਰੇ ਤੇ ਆਪਣਾ ਪਾਠ ਪੂਜਾ ਕਰਦਾ ਰਿਹਾ ਪਰ ਫੁੱਲ ਕਮਨ ਨੂੰ ਚੇਚਕ ਨਿਕਲੀ ਹੋਈ ਸੀ ਉਹ ਕਹਿੰਦਾ ਜਦੋਂ ਤੱਕ ਇਹ ਠੀਕ ਨਾ ਹੋ ਜਾਏ ਸਫਲਤਾ ਨਸੀਬ ਨਹੀਂ ਹੋਏਗੀ ਕਤਕ ਦੇ ਮਹੀਨੇ ਉਹ ਫੇਰ ਆਪ ਹੀ ਆ ਗਿਆ ਤੇ ਦੋ ਰਾਤਾਂ ਮੰਤਰ ਜਾਪ ਕਰਦਾ ਰਿਹਾ ਮੱਗਰ ਦੇ ਮਹੀਨੇ ਵੀ ਉਹਨੇ ਐਵੇਂ ਜਿਵੇਂ ਆਪਣਾ ਪਾਠ ਕੀਤਾ ਇੱਕ ਦਿਨ ਉਹਨੇ ਰਾਮਦੇਵਾਲ ਦੇ ਘਰ ਦੀ ਇੱਕ ਦੀਵਾਰ ਖੋਦਵਾਈ ਤੇ ਜਦੋਂ ਉਸ ਵਿੱਚੋਂ ਇੱਕ ਹੱਡੀ ਦਾ ਟੁਕੜਾ ਨਿਕਲਿਆ ਤਾਂ ਨੇ ਕਿਹਾ ਸਾਰੀ ਮੁਸੀਬਤ ਦੀ ਜੜੀ ਇਹੋ ਹੈ ਹੁਣ ਤੁਹਾਡੀ ਮੁਰਾਦ ਅਵਸ਼ ਪੂਰੀ ਹੋ ਜਾਏਗੀ ਫਿਰ ਉਸ ਰਾਮਦੇਵਾਲ ਤੇ ਉਹਦੀਆਂ ਪਤਨੀਆਂ ਨੂੰ ਇੱਕ ਨਾਲੇ ਲੈ ਜਾਂਦਾ ਤੇ ਉਥੇ ਕਈ ਰਸਮਾਂ ਪੂਰੀਆਂ ਕਰਦਾ ਉਹਦੀ ਇਸ ਤਰ੍ਹਾਂ ਦੀ ਡੂੰਗੀ ਦਿਲਚਸਪੀ ਕਾਰਨ ਰਾਮਦੇਵਾਲ ਦਾ ਪਰਿਵਾਰ ਪੂਰੀ ਤਰ੍ਹਾਂ ਉਹਦਾ ਮਤਕਿਦ ਹੋ ਗਿਆ ਪੋ ਵਿੱਚ ਉਹ 9 ਦਿਨ ਉਹਨਾਂ ਦੇ ਘਰ ਰਿਹਾ ਤੇ ਆਪਣੀ ਪੂਜਾ ਕਰਮ ਲਈ ਕੁਝ ਕੱਪੜੇ ਤੇ ਹੋਰ ਵਸਤਾਂ ਮੰਗੇ ਲਖਪਤੀਆਂ ਨੇ ਇਸ ਗੱਲ ਨੂੰ ਅਕਲਪਾਨੀ ਮੰਨੀ 19 ਜਨਵਰੀ 1975 ਨੂੰ ਬੈਜੂ ਨੇ ਲਖਪਤੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਪੇਕੇ ਚਲੀ ਜਾਵੇ ਉਹ ਉੱਥੇ ਆਏਗਾ ਉਸ ਨੀਚ ਆਤਮਾ ਤੋਂ ਜਿਹਨੇ ਉਹਨੂੰ ਬਾਂਝ ਬਣਾ ਰੱਖਿਆ ਹੈ ਉਹਦਾ ਕਲਿਆਣ ਕਰਵਾ ਦੇਗਾ ਪਰ ਸ਼ਰਤ ਇਹ ਹੈ ਕਿ ਉਹ ਆਪਣੇ ਪੇਕੇ ਜਾਂਦੀ ਜੇਵਰ ਨਾ ਪਹਿਨੇ ਲਖਪਤੀਆਂ ਅਗਲੇ ਦਿਨੀ ਆਪਣੇ ਸਹੁਰੇ ਰੰਗ ਲਾਲ ਨਾਲ ਨਰੈਣਪੁਰ ਚਲੀ ਗਈ ਪਿਛੋਂ ਉਹਨੇ RAMDIAL ਨੂੰ ਕਿਹਾ ਮੇਰੇ ਨਾਲ ਨਾਲੇ ਤੇ ਚੱਲ ਉੱਥੇ ਪੂਜਾ ਤਰਪਨ ਕਰਾਂਗੇ ਨਾਲੇ ਦੇ ਕੰਡੇ ਤੇ ਉਹਨੇ RAMDIAL ਨੂੰ ਕਤਲ ਕੀਤਾ ਪਾਣੀ 'ਚ ਸੁੱਟ ਦਿੱਤਾ ਘਰ ਵਾਪਸ ਆ ਕੇ ਉਸੇ ਬਹਾਨੇ ਫੂਲ ਕੰਵਰ ਨੂੰ ਨਾਲ ਲੈ ਗਿਆ ਇੱਕ ਹੋਰ ਥਾਂ ਉਨੂੰ ਮਾਰ ਕੇ ਨਾਲੇ 'ਚ ਸੁੱਟ ਦਿੱਤਾ ਉਹਦੇ ਮੁੜਨ ਸਮੇ RAMDIAL ਦੀ ਮਾਂ ਭਾਗਵੰਤੀ ਤੇ ਭਤੀਜਾ RAMBAKSH ਘਰ 'ਚ ਸੁੱਤੇ ਹੋਏ ਸਨ ਬੈਜੂ ਨੇ ਉਹਨਾਂ ਦੋਹਾਂ ਦਾ ਵੀ ਫਸਤਾ ਵਧਿਆ ਦੇਖੇ ਰਾਰਾਮ ਨਾਲ ਸੰਦੂਕ ਬਕਸੇ ਖੋਲ ਕੇ ਜੋ ਕੁਝ ਕੀਮਤੀ ਸਮਾਨ ਮਿਲਿਆ ਚੁੱਕ ਲਿਆ। ਅਗਲੀ ਸਵੇਰ 21 ਜਨਵਰੀ ਨੂੰ ਰਾਮਦੇਵਾਲ ਦੇ ਇੱਕ ਹੋਰ ਭਤੀਜੇ ਜੈਰਾਮ ਤੇ ਪੜੋਸੀਆਂ ਨੇ ਦੇਖਿਆ ਕਿ ਘਰ ਚ ਅਜਬ ਤਰ੍ਹਾਂ ਦੀ ਚੁੱਪ چھਾਈ ਹੋਈ ਹੈ। ਉਹ ਅੰਦਰ ਗਏ ਤਾਂ ਭਾਗਵੰਤੀ ਤੇ ਰਾਮਬਖਸ਼ ਮਰੇ ਹੋਏ ਲਹੂ-ਲੁਹਾਨ ਮਿਲੇ। ਇਸ ਤੇ ਜੈਰਾਮ ਨੇ ਥਾਣੇ ਰਿਪੋਰਟ ਲਖਾਈ। ਉਸ ਨਾਲ ਤਫਤੀਸ਼ ਸ਼ੁਰੂ ਹੋ ਗਈ। ਫੂਲਵੰਤੀ ਦੀ লাশ 22 ਜਨਵਰੀ ਨੂੰ ਨਾਲੇ ਚ ਲੱਭੀ ਰਾਮਦੇਵਾਲ ਦੇ 23 ਜਨਵਰੀ ਨੂੰ ਦੋਸ਼ੀ 28 ਜਨਵਰੀ ਨੂੰ ਗ੍ਰਿਫਤਾਰ ਹੋਇਆ ਤੇ ਉਹਦੇ ਦਸਣ ਤੇ ਇੱਕ ਟ੍ਰਾਂਜਿਸਟਰ ਇੱਕ ਘੜੀ ਦੋ ਸੋਨੇ ਦੀਆਂ 80ਆਂ ਕਈ ਸਾੜੀਆਂ ਤੋਤੀਆਂ ਬਲਾਊਜ਼ ਪੈਟੀਕੋਟ ਬੁਸ਼ ਸ਼ਰਟ ਕੰਬਲ इत्याਦ ਬਰਾਮਦ ਹੋਏ ਤੇ ਕੁਝ ਚਾਂਦੀ ਦੇ ਜੇਵਰ ਸੂਰਜਪੁਰ ਦੇ ਸੁਨਿਆਰ ਗੋਵਰਧਨ ਨੇ ਪੇਸ਼ ਕੀਤੇ ਬਰਾਮਦ ਹੋਈਆਂ ਚੀਜ਼ਾਂ ਰਾ ਰੰਗ ਲਾਲ ਤੇ ਲਖਪਤੀਆਂ ਨੇ ਆਪਣੀਆਂ ਹੋਣੀਆਂ ਪਛਾਣੀਆਂ ਦੋਸ਼ੀ ਉਤੇ ਦੋ ਮੁਕੱਦਮੇ ਚੱਲੇ ਇੱਕ ਰਾਮਦੇਵਾਲ ਤੇ ਫੁੱਲਕੰਵਰ ਦੇ ਕਤਲ ਦੇ ਦੋਸ਼ ਬਾਰੇ ਦੂਜਾ ਭਗਵੰਤੀ ਤੇ ਰਾਮਬਖਸ਼ ਦੇ ਕਤਲ ਲਈ ਉਹਨੂੰ ਇਹਨਾਂ ਦੋਹਾਂ ਮੁਕੱਦਮਿਆਂ 'ਚ ਮੌਤ ਦੀ ਸਜ਼ਾ ਮਿਲੀ ਮਾਲ ਦੀ ਲੁੱਟ ਲਈ ਉਹ ਵੀ 5 ਸਾਲ ਦੀ ਕੈਦ ਦਾ ਹੁਕਮ ਹੋਇਆ ਬੈਜੂ ਦੀ ਪਤਨੀ ਇਸਨੀ ਨੇ ਬਿਆਨ ਦਿੱਤਾ ਕਿ ਜਿਹੜੀਆਂ ਚੀਜ਼ਾਂ ਟ੍ਰਾਂਜਿਸਟਰ ਘੜੀ ਦੌਰ ਸੋਨੇ ਦੀਆਂ ਆਦੀਆਂ ਆਦ ਮੈਂ ਆਪਣੇ ਘਰੋਂ ਪੇਸ਼ ਕੀਤੀਆਂ ਹਨ ਉਹ ਸਾਡੀਆਂ ਨਹੀਂ ਉਹ ਮੇਰਾ ਪਤੀ ਹੀ ਕਿਤੋਂ ਲਿਆਇਆ ਸੀ ਦੋਸ਼ੀ ਦिए ਕਹਿਣ ਦੀ ਹਿੰਮਤ ਨਾ ਪਈ ਕਿ ਉਹਦੀ ਆਪਣੀ ਪਤਨੀ ਨਾਲ ਦੁਸ਼ਮਣੀ ਸੀ ਤਾਂ ਕਰਕੇ ਉਹ ਝੂਠ ਬੋਲ ਗਈ ਜਿਹੜਾ ਟ੍ਰਾਂਜਿਸਟਰ ਬੈਜੂ ਦੇ ਘਰੋਂ ਮਿਲਿਆ ਉਹਦਾ ਲਾਇਸੈਂਸ ਰਾਮਦੇਵਾਲ ਦੇ ਨਾਂ 'ਚ ਜਾਰੀ ਹੋਇਆ ਸੀ ਤੇ ਇੱਕ ਨਿਰਮਲ ਕੁਮਾਰ ਨੇ ਬਿਆਨ ਦਿੱਤਾ ਕਿ ਉਹਦੇ ਇਹ ਉਹਨੇ ਰਾਮਦੇਵਾਲ ਨੂੰ ਵੇਚਿਆ ਸੀ ਇਸੇ ਤਰ੍ਹਾਂ ਇੱਕ ਮੁਹੰਮਦ ਆਵੇਸ਼ ਕਰਮੀ ਨੇ ਉਹ ਰਸੀਦ ਸਾਬਤ ਕਰ ਦਿੱਤੀ ਜਿਹਦੇ ਰਾਹੀਂ ਦੋਸ਼ੀ ਦੇ ਘਰੋਂ ਮਿਲੀ ਖੜੀ ਰਾਮਦੇਵਾਲ ਨੇ ਖਰੀਦੀ ਸੀ ਸੁਪਰੀਮ ਕੋਰਟ 'ਚ ਇਹ ਵੀ ਬਹਿਸ ਚੱਲ ਕੀਤੀ ਗਈ ਕਿ ਵੱਧ ਤੋਂ ਵੱਧ ਚੋਰੀ ਉਹਦੇ ਖਿਲਾਫ ਸਿੱਧ ਹੋਈ ਹੈ। ਕਤਲਾਂ ਦਾ ਕੋਈ ਸਬੂਤ ਨਹੀਂ ਤੇ ਇਕੱਲਾ ਬੰਦਾ ਐਵੇਂ 4 ਬੰਦਿਆਂ ਦੀ ਹੱਤਿਆ ਨਹੀਂ ਕਰ ਸਕਦਾ। ਪਰ ਇਹ ਪਰਤੱਖ ਸੀ ਕਿ ਦੋਸ਼ੀ ਨੇ ਬਾਰ-ਬਾਰ ਮਰਨ ਵਾਲਿਆਂ ਦੇ ਘਰ ਚੱਕਰ ਕੱਟੇ। ਜੰਤਰਾ ਮੰਤਰਾ ਨਾਲ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਵਿਸ਼ਵਾਸ ਦਵਾਇਆ। ਝੂਠਾ ਲਾਰਾ ਲਾ ਕੇ ਲਖਪਤੀਆਂ ਨੂੰ ਗਹਿਣਿਆਂ ਤੋਂ ਖਾਲੀ ਉਹਦੇ ਪੇਕੇ ਤੋਰਿਆ। ਰਾਮਦਿਆਲ ਤੇ ਫੂਲ ਕੰਵਰ ਉਸ ਜਗਾ ਕਤਲ ਹੋਇਆ ਜਿੱਥੇ ਦੋਸ਼ੀ ਉਹਨਾਂ ਨੂੰ ਅਕਸਰ ਲੈ ਜਾਂਦਾ ਰਿਹਾ ਸੀ ਉਸੇ ਰਾਤ ਭਾਗਵੰਤੀ ਤੇ ਰਾਮਬਖਸ਼ ਦਾ ਕਤਲ ਹੋਇਆ ਰਾਮਦਿਆਲ ਦੇ ਘਰੋਂ ਚੋਰੀ ਹੋਈਆਂ ਚੀਜ਼ਾਂ ਟ੍ਰਾਂਜਿਸਟਰ ਘੜੀ ਆਦ ਦੋਸ਼ੀ ਦੇ ਘਰੋਂ ਜਾਂ ਉਹਦੇ ਦੱਸਣ ਮੁਤਾਬਕ ਬਰਾਮਦ ਹੋਈਆਂ ਇਸ ਤਰ੍ਹਾਂ ਉਹਦੇ ਅਪਰਾਧੀ ਹੋਣ ਬਾਰੇ ਕੋਈ ਸ਼ੁਭਾ ਨਹੀਂ ਸੀ ਰਹਿ ਜਾਂਦਾ ਕਤਲ ਸਮੇਂ ਚੋਰੀ ਹੋਈਆਂ ਵਸਤਾਂ ਦਾ ਕੁਝ ਹੀ ਦਿਨਾਂ ਬਾਅਦ ਦੋਸ਼ੀ ਕੋਲੋਂ ਮਿਲਣਾ ਜ਼ਾਹਰ ਕਰਦਾ ਸੀ ਕਿ ਕਤਲ ਉਹਨੇ ਕੀਤੇ ਸਨ ਉਹਦੇ ਕੋਲ ਕੋਈ ਤਸੱਲੀ ਬਖਸ਼ ਜਵਾਬ ਨਹੀਂ ਸੀ ਕਿ ਟ੍ਰਾਂਜਿਸਟਰ ਘੜੀ ਆਦ ਜਿਹੜੇ ਰਾਮ ਦਿਵਾਲ ਦੀ ਮਲਕੀਅਤ ਸਨ ਉਹਦੇ ਕੋਲ ਕਿਵੇਂ ਪਹੁੰਚ ਗਏ ਰਾਮ ਦਿਵਾਲ ਤੇ ਫੂਲ ਕਮਰ ਦੀਆਂ ਲਾਸ਼ਾਂ ਵਕ-ਵਕ ਥਾਵਾਂ ਤੋਂ ਮਿਲੀਆਂ ਜਿਸ ਤੋਂ ਸੂਚਿਤ ਹੁੰਦਾ ਸੀ ਕਿ ਉਹਨਾਂ ਨੂੰ ਇੱਕ-ਇੱਕ ਕਰਕੇ ਮਾਰਿਆ ਗਿਆ ਸੀ ਭਾਗਵੰਤੀ ਤੇ ਰਾਮਬਖਸ਼ ਕਿਉਂਕਿ ਸੁੱਤੇ ਹੋਏ ਸਨ ਉਹਨਾਂ ਨੂੰ ਇੱਕ ਬੰਦਾ ਵੀ ਮਾਰ ਸਕਦਾ ਸੀ ਧੰਨਵਾਦ